ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਾਹੁਲ ਕਲਾ ਤੁਹਾਡੇ ਨਾਲ ਇੱਕ ਸਵਾਲ ਹੈ ਕਿ ਪੰਜਾਬ ਪੁਲਿਸ ਦੇ ਐਸਆਈ ਯਾਨੀ ਕਿ ਅਸਿਸਟੈਂਟ ਸਬ ਇੰਸਪੈਕਟਰ ਦੀ ਤਨਖਾਹ ਕਿੰਨੀ ਕੁ ਹੋ ਸਕਦੀ ਹੈ ਤਾਂ ਉਸ ਦੀ ਆਮਦਨ ਕਿੰਨੀ ਕਹਤੇ ਉਹ ਆਪਣੇ ਘਰ ਦੇ ਵਿੱਚ ਕਿਵੇਂ ਦੀ ਸਹੂਲਤ ਪੈਦਾ ਕਰ ਸਕਦਾ ਛੋਟਾ ਜਿਹਾ ਘਰ ਬਣਾ ਸਕਦਾ ਔਰ ਕਈ ਉਸ ਦੇ ਵਿੱਚ ਸੁਵਿਧਾਵਾਂ ਹੋ ਸਕਦੀਆਂ ਛੋਟੀ ਗੱਡੀ ਹੋ ਸਕਦੀ ਹੈ ਆਪਣੇ ਬੱਚਿਆਂ ਦਾ ਪਰਵਿਸ਼ ਜਿਹੜੀ ਉਹ ਵਧਿਆ ਕਰ ਸਕਦਾ ਪਰ ਇੱਥੇ ਹੀ ਜੇ ਮੈਂ ਕਹਾਂ ਕਿ ਇੱਕ ASI ਹੈ ਪੰਜਾਬ ਪੁਲਿਸ ਦਾ ਜਿਸ ਦੇ ਕੋਲ ਫੋਰਚਨਰ ਗੱਡੀ ਹੈ ਇੱਕ ਅਲੀਸ਼ਾਨ ਬੰਗਲਾ ਹੈ 25 ਲੱਖ ਰੁਪਿਆ ਬੈਂਕ ਦੇ ਵਿੱਚ ਜਮਾ ਵੀ ਹੈ ਤੇ ਨਾਲ ਦੀ ਨਾਲ ਕਮਰਸ਼ੀਅਲ ਪਲਾਟ ਵੀ ਹੈ 1000 ਗੱਜ ਦਾ ਫਿਰ ਤੁਸੀਂ ਤੁਹਾਡੇ ਮਨ ਦੇ ਵਿੱਚ ਸਵਾਲ ਕੀ ਆਵੇਗਾ ਕਿ ਇਹ ASI ਹੈ ਕੌਣ ਹੈ ਔਰ ਇਹ ਕਿਹੜੇ ਕੰਮ ਕਰਦਾ ਨਾਲ ਦੀ ਨਾਲ ਆਪਣੀ ਨੌਕਰੀ ਤੋਂ ਇਲਾਵਾ ਤਾਂ ਬਿਲਕੁਲ ਇੱਕ ਵਾਕਿਆ ਜਿਹੜਾ ਲੁਧਿਆਣਾ ਦੇ ਵਿੱਚ ਵਾਪਰਿਆ ਸੀ 29 ਮਾਰਚ ਨੂੰ ਇੱਕ ASI ਹੈ ਜਰਨੈਲ ਸਿੰਘ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਨਸ਼ਾ ਤਸਕਰ ਦੇ ਰਿਸ਼ਤੇਦਾਰ ਤੋਂ 70000 ਰੁਪਏ ਰਿਸ਼ਵਤ ਲੈਂਦੇ ਹੋਏ ਇੱਕਲਾ 70000 ਦਾ ਇਹ ਮਾਮਲਾ ਨਹੀਂ ਹੈ 70000 ਦੇ ਨਾਲ ਇੰਨੀ ਵੱਡੀ ਜਾਇਦਾਦ ਜਾਂ ਕੁਝ ਹੋਰ ਨਹੀਂ ਬਣਾ ਸਕਦਾ ਤਾਂ ਫਿਰ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਅੱਗੇ ਤਫਤੀਸ਼ ਸ਼ੁਰੂ ਕੀਤੀ ਇਸ ਦਾ ਡੋਪ ਟੈਸਟ ਲਿਆ ਗਿਆ ਡੋਪ ਟੈਸਟ ਦੇ ਵਿੱਚ ਹੁਣ ਪਾਇਆ ਜਾਂਦਾ ਹੈ ਇਹ ਪੋਜ਼ਿਟਿਵ ਹੈ ਡੋਪ ਟੈਸਟ ਜਾਨਕੀ ਇਹ ਫੇਲ ਹੋ ਜਾਂਦਾ ਜਿਸ ਤੋਂ ਬਾਅਦ ਪੁਲਿਸ ਨੇ ਇਹ ਦਾਵਾ ਕੀਤਾ ਹੈ ਕਿ ਏਐਸਆਈ ਜੋ ਗ੍ਰਿਫਤਾਰ ਕੀਤਾ ਗਿਆ ਜਰਨੈਲ ਸਿੰਘ ਹੈ ਇਸ ਦੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਤਾਂ ਸੀ ਪਰ ਇਹ ਨਾਲ ਦੀ ਨਾਲ ਆਪ ਵੀ ਨਸ਼ੇ ਦਾ ਸੇਵਨ ਕਰਦਾ ਰਿਹਾ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਵੀ ਜਾਂਚ ਕਰ ਰਹੀ ਹੈ ਕਿ ਜਰਨੈਲ ਸਿੰਘ ਏਐਸਆਈ ਨਸ਼ਾ ਜਿਹੜਾ ਹੈ ਸੇਵਨ ਕਰਦਾ ਸੀ ਜਾਂ ਫਿਰ ਅੱਗੇ ਵੀ ਕਿਸੇ ਨੂੰ ਸਪਲਾਈ ਕਰਦਾ ਸੀ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਨਜਾਇਜ਼ ਫਾਇਦਾ ਲੈ ਰਿਆ ਸੀ ਅੱਗੇ ਸਪਲਾਈ ਕਰਨ ਦੇ ਲਈ ਜਾਂ ਕੀ ਹੈ ਇਸ ਤੇ ਲਿੰਕ ਕਿਸ ਦੇ ਨਾਲ ਸੀ ਕਿਹੜੇ ਕਿਹੜੇ ਇਸ ਮਾਮਲੇ ਦੇ ਵਿੱਚ ਹੋਰ ਜੁੜੇ ਹੋਏ ਨੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਿਹੜੀ ਮੋਡਲੀ ਜਾਂਚ ਕੀਤੀ ਹੈ ਪੰਜਾਬ ਪੁਲਿਸ ਨੇ ਉਸ ਦੇ ਵਿੱਚ ਇਸ ਦੀ ਵੱਡੀ ਪ੍ਰਾਪਰਟੀ ਜਿਹੜੀ ਉਹ ਸਾਹਮਣੇ ਆਈ ਹੈ ਸਭ ਤੋਂ ਪਹਿਲਾਂ ਜਰਨੈਲ ਸਿੰਘ ਤੋਂ ਇੱਕ ਜਿਹੜਾ ਹੈਗਾ ਤਨਸੂ ਪਿੰਡ ਹੈ ਤਨਾਂਸੂ ਪਿੰਡ ਮਾਫ ਕਰਨਾ ਤਨਾ ਸੁਪਿੰਡ ਦੇ ਵਿੱਚ ਇੱਕ ਸ਼ੋਪਿੰਗ ਮਾਲ ਜਿਹੜਾ ਮਾਲ ਬਣਾਇਆ ਹੋਇਆ ਜਿਸ ਦੀ ਡਿਪਾਰਟਮੈਂਟਲ ਸਟੋਰ 1000 ਗੱਜ ਦੇ ਵਿੱਚ ਤਿਆਰ ਕੀਤਾ ਗਿਆ ਐਡੀ ਵੱਡੀ ਪ੍ਰਾਪਰਟੀ ਤਿਆਰ ਹੋਈ ਹੈ ਫਿਰ ਇਸ ਤੋਂ ਇਲਾਵਾ ਇਸ ਦੇ ਬੈਂਕ ਖਾਤੇ ਦੇ ਵਿੱਚ 25 ਲੱਖ ਰੁਪਏ ਜਮ੍ਹਾਂ ਵੀ ਹੈ ਕੱਲਾ 25 ਲੱਖ ਨਹੀਂ ਹੈ ਅਲੀਸ਼ਾਨ ਕੋਠੀ ਹੈ ਤੇ ਨਾਲ ਦੀ ਨਾਲ ਇਸ ਤੋਂ ਇੱਕ ਫੋਰਚਨਰ ਗੱਡੀ ਵੀ ਹੈ ਫੋਰਚਨਰ ਗੱਡੀ ਕਮਰਸ਼ੀਅਲ ਪਲਾਟ ਹੈ ਫਿਰ 25 ਲੱਖ ਰੁਪਇਆ ਤਾਂ ਫਿਰ ਪੁਰਸ਼ ਨੂੰ ਜਿਹੜਾ ਹੈ ਹੁਣ ਇਸ ਮਾਮਲੇ ਦੇ ਵਿੱਚ ਐਸਆਈ ਜਰਨੈਲ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਆਮਦਨ ਤੋਂ ਵੱਧ ਜ਼ਾਇਦਾਦ ਦੀ ਹੁਣ ਵੀ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ 29 ਮਾਰਚ ਨੂੰ ਸਭ ਤੋਂ ਪਹਿਲੇ ਗ੍ਰਿਫਤਾਰ ਹੁੰਦਾ ਹੈ ਐਸਆਈ ਕਰਨਲ ਸਿੰਘ ਜਿਸ ਨੂੰ ਬਰਖਾਸਤ ਕਰ ਦਿੱਤਾ ਗਿਆ ਪੂਰੇ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਹੋਰ ਨਿਕਲ ਕੇ ਆਵੇਗਾ ਇਹ ਪੁਲਿਸ ਦੀ ਜੋ ਜਾਂਚ ਹੋਵੇਗੀ ਉਸ ਤੋਂ ਪਤਾ ਲੱਗੇਗਾ ਫਿਲਹਾਲ ਪੰਜਾਬ ਪੁਲਿਸ ਨੇ ਆਪਣੀ ਜਾਂਚ ਦੇ ਵਿੱਚ ਇਹੀ ਵੱਡੇ ਖੁਲਾਸੇ ਕੀਤੇ ਨੇ